السلام علیکم. میرے یوٹیوب دی فرسٹ ویڈیو، لیکن میں دو ویڈیو کٹھیاں کر رہا ہاں، لیکن میں تھوڑا ویٹ سی ہاں. میں ویزا اپلائی کیتا سی شینجن دے وچ، تے میں جو ویزا لگ کے آ جائے گا، جو بھی رزلٹ آئے گا نا، اس حساب میں پھر میں ویڈیو اپلوڈ کروں گا. لیکن اللہ دے حکم نا ویزا میرا لگ کے آ گیا. 15 دن بعد میرے پاسپورٹ ریسیو ہو گیا، کیونکہ اج کل جو سسٹم چل رہا نا، ਤੁਹਾਨੂੰ ਔਨਲਾਈਨ ਅਪੁਆਇੰਟਮੈਂਟ ਲੈਣੀ ਪੈਂਦੀ ਹੈ. ਔਨਲਾਈਨ ਉਹ ਮਹੀਨਾ ਡੇਢ ਸਵਾ ਮਹੀਨਾ ਤੁਹਾਨੂੰ ਉਹ ਲੇਟ ਹੋ ਜਾਂਦਾ. ਅਤੇ ਲਵਾਹਦ ਸਪੇਨ ਕੰਟਰੀ ਹੈ, ਜਿਹਦੀ ਤੁਸੀਂ ਜਾ ਕੇ ਵਾਕਿੰਗ 'ਤੇ ਅਪੁਆਇੰਟਮੈਂਟ ਲੈ ਸਕਦੇ ਹੋ. ਔਨ ਦਾ ਸਪੋਟ ਜਾ ਕੇ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ. ਸਿਰਫ ਉਹ 'ਚ ਇਹ ਹੈ ਕਿ ਤੁਹਾਨੂੰ ਜਾ ਕੇ ਉੱਥੇ 2-2.5 ਘੰਟੇ ਲਗਾਤਾਰ ਲਾਈਨ 'ਚ ਨਾ ਖੜ੍ਹੇ ਹੋਣਾ ਪੈਂਦਾ. ਅਤੇ ਅਗਰ ਤੁਸੀਂ ਉਹ ਤਕਲੀਫ ਬਰਦਾਸ਼ਤ ਕਰ ਸਕਦੇ ਤਾਂ ਜਾ ਕੇ ਔਨਲਾਈਨ ਦੀ ਬਜਾਏ ਤੁਸੀਂ ਔਨਲਾਈਨ ਅਪਲਾਈ ਕਰੋ, ਫਿਰ ਮਹੀਨਾ ਡੇਟ ਵੇਟ ਕਰੋ, ਫਿਰ ਜਾ ਕੇ ਆਪਣੇ ਡਾਕੂਮੈਂਟ ਸਬਮਿਟ ਕਰੋ. ਉਹਨਾਂ ਬੈਸਟ ਇਹ ਹੈ ਕਿ ਤੁਸੀਂ ਆਪਣੀ ਫਾਇਲ ਰੈਡੀ ਕਰੋ ਮੁਕੰਮਲ, ਤਾਂ ਡਾਕੂਮੈਂਟ ਲੈ ਕੇ ਲੰਡਨ ਚੱਲ ਜਾਓ, ਬਰਮਿੰਗਮ ਚੱਲ ਜਾਓ, ਮੈਨਚੈਸਟਰ ਚੱਲ ਜਾਓ, ਜਿੱਥੇ ਤੁਹਾਨੂੰ ਬੈਸਟ ਲੱਗਦਾ. ਲੇਕਿਨ ਮੈਂ ਲੰਡਨ ਗਿਆ ਸੀ, ਤਾਂ ਮੇਰੀ ਫਾਈਲ ਤਕਰੀਬਨ 2-2.5 ਘੰਟੇ ਵੇਟ ਕੀਤਾ. ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਕੋਲ ਜਿੰਨੇ ਵੀ ਆਏ ਸੀ ਨਾ, ਜਿਹਨਾਂ ਦੇ ਜਿਵੇਂ ਉਹਨਾਂ ਦੀ ਟਰੈਵਲ ਸੀਗੀ, ਮੇਰੀ 2 ਤਰੀਕ ਦੀ ਟਰੈਵਲ ਦਾ ਵਸਾ ਨੂੰ ਮੈਂ ਫਾਈਲ ਬਣਾਈ ਸੀ, ਕਿਸੇ ਨੇ 4 ਦੀ, ਕਿਸੇ ਨੇ 6 ਦੀ. ਇਸ ਹਿਸਾਬ ਨਾਲ ਉਹਨਾਂ ਨੇ ਫਿਰ ਵਾਰੀ ਵਾਰੀ ਸਿਰ ਸਾਰਿਆਂ ਦੇ ਡਾਕੂਮੈਂਟ ਕਲੈਕਟ ਕਰ ਲਏ. ਲੇਕਿਨ ਮੌਜੂਦਾ ਇਸ ਟਾਈਮ ਸਪੇਨ ਬੈਸਟ ਹੈ, ਉਹਦਾ ਜਾ ਕੇ ਤੁਸੀਂ ਫਾਈਲ ਰੈਡੀ ਕਰਕੇ ਆਪਣੇ ਸਬਮਿਟ ਕਰਵਾਓ, 15 ਦਿਨਾਂ 'ਚ ਪਾਸਪੋਰਟ ਰਿਸੀਵ ਕਰੋ. ਅਸੀਂ 6 ਮੁੰਡੇ ਸੀਗੇ, ਜਿਹਦੇ 'ਚ ਸਾਡੇ 4 ਦੇ ਵੀਜ਼ਾ ਲੱਗ ਗਿਆ, 2 ਦਾ ਰਿਜੈਕਟ ਹੋ ਗਿਆ. ਉਹਨਾਂ ਦਾ ਸਿਰਫ ਆਪਣੀ ਥੋੜ੍ਹੀ ਉਹਨਾਂ ਦੀ ਫਾਈਲ ਇੰਨੀ ਸਟਰੋਂਗ ਨਹੀਂ ਸੀ ਹੈਗੀ, ਜਿਹਦੀ ਵਜ੍ਹਾ ਤੋਂ 2 ਦੇ ਰਿਜੈਕਟ ਹੋ ਗਏ. ਲੇਕਿਨ ਜਿਹੜਾ ਮੇਰਾ ਵੀਜ਼ਾ ਲੱਗਾ, ਅੱਲਾਹ ਦੇ ਹੁਕਮ ਨਾਲ ਜ਼ਬਰਦਸਤ. ਬਾਕੀ ਇਹ ਸਿਰਫ ਮੈਂ ਓਵਰਆਲ ਵਿਊ ਦਿੱਤਾ. ਬਾਕੀ ਦੂਸਰੀ ਵੀਡੀਓ ਦੇ ਵਿੱਚ ਮੈਂ ਸਾਰਾ ਫਿਰ ਸਟੈਪ ਬਾਏ ਸਟੈਪ ਏ ਟੂ ਜ਼ੀ ਐਕਸਪਲੇਨ ਕਰਦਾ ਜਾਊਂਗਾ, ਕਿਉਂਕਿ ਮੈਂ ਜਸਟ ਇਨ ਆਊਟ ਹੋਇਆ. ਅਤੇ ਮੈਂ ਕਹਾਂ ਹੁਣ ਜਿਹੜੀ ਕੰਟਰੀ 'ਚ ਅਪਲਾਈ ਕਰਨਾ, ਉਹਦੇ ਵੀ ਜਿਹੜੇ ਤਰੀਕੇ ਨਾਲ ਮੈਂ ਅਪਲਾਈ ਕਰੂੰਗਾ, ਉਸ ਹਿਸਾਬ ਨਾਲ ਮੈਂ ਸਾਰਾ ਐਕਸਪਲੇਨ ਕਰਦਾ ਜਾਊਂਗਾ. ਇਨਸ਼ਾਅੱਲਾ ਫਿਰ ਦੂਸਰੀ ਵੀਡੀਓ 'ਚ ਮਿਲਦੇ ਹਾਂ. ਓਕੇ, ਰੱਬ ਰਾਖਾ.